ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਗੱਲ ਕਰਦੇ ਹਾਂ ਕੁਝ ਨਿਊਜ਼ ਜਿਹੜੀਆਂ ਯੂਰਪ ਤੋਂ ਉਹਨਾਂ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਊਂਗਾ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਰੋਮਾਨੀਆ ਤੋਂ। ਰੋਮਾਨੀਆ ਵਿੱਚ ਜਿਹੜੇ ਅੱਜ ਦੇ ਕੇਸ ਆ 65 ਨਵੇਂ ਕੇਸ ਆਏ ਆ ਅਤੇ ਉਹਦੇ ਵਿੱਚ 7 ਜਿਹੜੀਆਂ ਨਵੀਆਂ ਡੈਥ ਹੋਈਆਂ ਵਾ। ਸੋ ਕੇਸ ਜਿਹੜੇ ਉਹ ਘੱਟ ਰਹੇ ਆ ਬਹੁਤ ਜ਼ਿਆਦਾ ਅਤੇ ਇਹਦੇ ਇਹ ਇੱਕ ਬਹੁਤ ਵਧੀਆ ਗੱਲ ਆ। ਇਸ ਤੋਂ ਬਾਅਦ 'ਚ ਸ਼ੁਰੂਆਤ ਕਰਦੇ ਹਾਂ ਹੰਗਰੀ ਦੀ। ਹੰਗਰੀ ਨੇ ਜਿਹੜੇ ਕਿ ਸਾਰੇ ਬਾਰਡਰ ਆ ਜਿਹੜੇ ਆਪਣੇ ਓਪਨ ਕਰ ਦਿੱਤੇ ਆ। 5 ਮਿਲੀਅਨ ਦੇ ਕਰੀਬ ਲੋਕਾਂ ਨੂੰ ਜਿਹੜੀ ਕੋਵਿਡ ਦੀ ਉਹ ਵੈਕਸੀਨ ਜਿਹੜੀ ਲੱਗ ਗਈ ਆ, ਇਸ ਕਰਕੇ ਹੰਗਰੀ ਨੇ ਬਹੁਤ ਸਾਰੇ ਕੰਟਰੀਆਂ ਤੋਂ ਜਿਹੜੇ ਉਹ ਬਾਰਡਰ ਓਪਨ ਕਰ ਦਿੱਤੇ ਅਤੇ ਹੰਗਰੀ ਅਤੇ ਸਰਬੀਆ ਦੇ ਜਿਹੜੇ ਬਾਰਡਰ ਆ ਉਹ ਬੁੱਧਵਾਰ ਤੋਂ ਜਿਹੜੇ ਉਹ ਓਪਨ ਹੋ ਜਾਣਗੇ। ਅਤੇ ਇਸ ਤੋਂ ਇਲਾਵਾ 1 ਜੁਲਾਈ ਤੋਂ ਹੰਗਰੀ ਜਿਹੜਾ ਵਾ ਜਿਹੜਾ ਕੋਵਿਡ ਦਾ ਪਾਸਪੋਰਟ ਆ ਜਿਹੜਾ ਬਹੁਤ ਸਾਰੇ ਕੰਟਰੀਆਂ ਨੇ ਜਿਹੜਾ ਲਾਂਚ ਕਰ ਦਿੱਤਾ ਵਾ। ਬਹੁਤ ਸਾਰੇ ਕੰਟਰੀਆਂ ਦੇ ਵਿੱਚ ਜਿਹੜਾ ਕੋਵਿਡ ਦਾ ਪਾਸਪੋਰਟ ਜਿਹੜਾ ਚੱਲ ਪਿਆ ਵਾ ਜਾਂ ਵੈਲਿਡ ਕਰ ਦਿੱਤਾ ਅਤੇ 1 ਜੁਲਾਈ ਤੋਂ ਹੰਗਰੀ ਦੇ ਵਿੱਚ ਵੀ ਉਹ ਜਿਹੜਾ ਪਾਸਪੋਰਟ ਆ ਉਹ ਜਾਰੀ ਕੀਤਾ ਜਾਊਗਾ। ਉਹਦੇ ਵਿੱਚ ਜਿਹੜੀ ਬੰਦੇ ਦੀ ਪਰਸਨਲ ਇਨਫੋਰਮੇਸ਼ਨ ਹੋਊਗੀ ਕਿ ਉਹਨੇ ਕੋਵਿਡ ਉਹਨੂੰ ਕਦੋਂ ਹੋਇਆ ਸੀਗਾ ਜਾਂ ਉਹਨੇ ਕੋਵਿਡ ਦੀ ਵੈਕਸੀਨ ਲਵਾਈ ਆ ਜਾਂ ਉਹਨੂੰ ਕੋਵਿਡ ਦਾ ਉਹਨੇ ਜਿਹੜਾ ਨੈਗੇਟਿਵ ਟੈਸਟ ਆ ਉਹ ਕਰਾਇਆ ਵਾ ਜਾਂ ਉਹਦੀ ਕੀ ਰਿਪੋਰਟ ਆ, ਉਹ ਸਾਰੀ ਇਨਫੋਰਮੇਸ਼ਨ ਇਸ ਪਾਸਪੋਰਟ ਦੇ ਵਿੱਚ ਹੋਊਗੀ। ਇਹ ਐਪ ਮੋਬਾਈਲ ਦੁਆਰਾ ਵੀ ਜਿੱਦਾਂ ਜਾਰੀ ਕੀਤੀ ਜਾਊਗੀ ਅਤੇ ਇਹ ਤੁਹਾਡੇ ਕੋਲ ਜਿਹੜਾ ਇੱਕ ਪ੍ਰਿੰਟ ਇੱਕ ਪੇਪਰ ਵੀ ਹੋ ਸਕਦਾ ਵਾ। ਇਹ ਤੋਂ ਬਾਅਦ ਵਿੱਚ ਜਿਹੜਾ ਕਰੋਸ਼ੀਆ ਕਰੋਸ਼ੀਆ ਨੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਕਰੋਸ਼ੀਆ ਦਾ ਜਿਹੜਾ ਟੂਰਿਸਟ ਵੀਜ਼ਾ ਵਾ, ਵਰਕ ਪਰਮਿਟ ਆ, ਸਾਰੀ ਕੈਟਾਗਰੀ ਦੇ ਜਿਹੜੇ ਵੀਜ਼ੇ ਆ ਉਹ ਓਪਨ ਕਰ ਦਿੱਤੇ ਆ। ਜੇ ਇੰਡੀਆ ਤੋਂ ਕੋਈ ਵੀ ਬੰਦਾ ਕਰੋਸ਼ੀਆ ਨੂੰ ਜਾਂਦਾ ਤਾਂ ਉਹਨੂੰ 14 ਦਿਨ ਵਾਸਤੇ ਕੁਆਰੰਟੀਨ ਹੋਣਾ ਪਊਗਾ। ਜਿਹੜੀਆਂ ਕਰੋਸ਼ੀਆ ਦੀਆਂ ਅੰਬੈਸੀਆਂ ਇੰਡੀਆ ਦੇ ਵਿੱਚ ਉਹ ਤਕਰੀਬਨ ਓਪਨ ਆ ਸਾਰੀਆਂ। ਦਿੱਲੀ ਦੀ ਅੰਬੈਸੀ ਵੀ ਜਿਹੜੀ ਓਪਨ ਆ, ਬੰਬੇ ਦੀ ਵੀ ਓਪਨ ਆ, ਬੈਂਗਲੋਰ, ਚੇਨਈ ਵਗੈਰਾ ਦੇ ਜਿੰਨੀਆਂ ਵੀ ਅੰਬੈਸੀਆਂ ਵਾ ਉਹ ਸਾਰੀਆਂ ਜਿਹੜੀਆਂ ਕਰੋਸ਼ੀਆ ਦੀਆਂ ਅੰਬੈਸੀਆਂ ਵਾ ਉਹ ਓਪਨ ਆ। ਜੇ ਕਿਸੇ ਨੇ ਵੀ ਆਪਣਾ ਵੀਜ਼ੇ ਨਾਲ ਰਿਲੇਟਡ ਕੰਮ ਕਰਾਉਣਾ ਜਾਂ ਕੋਈ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਉਹਨਾਂ ਦੇ ਕਸਟਮਰ ਕੇਅਰ ਨਾਲ ਗੱਲ ਕਰ ਸਕਦੇ ਹਾਂ। ਤੁਸੀਂ ਅੰਬੈਸੀ ਜਾ ਸਕਦੇ ਹਾਂ, ਅੰਬੈਸੀਆਂ ਓਪਨ ਆ। ਬਾਕੀ ਅੰਬੈਸੀਆਂ ਦਾ ਜਿਹੜੇ ਟਾਈਮਿੰਗ ਆ ਉਹ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹਾਂ ਵੀ ਕੀ ਟਾਈਮਿੰਗ ਆ ਕਰੋਸ਼ੀਆ ਦੀ ਅੰਬੈਸੀਆਂ ਦੀ। ਇਸ ਤੋਂ ਬਾਅਦ 'ਚ ਗੱਲ ਕਰਦੇ ਹਾਂ ਸਪੇਨ ਦੀ। ਸਪੇਨ ਦੇ ਜਿੰਨੇ ਵੀ ਟੂਰਿਸਟ ਬੰਦੇ ਆ ਜਾਂ ਕਿਸੇ ਕੰਮ ਕਰਕੇ ਜਿਹੜੇ ਚਾਈਨਾ ਜਾ ਰਹੇ ਆ ਅਤੇ ਚਾਈਨਾ ਦੀ ਗੌਰਮੈਂਟ ਉਹਨਾਂ ਨੂੰ 14 ਦਿਨ ਵਾਸਤੇ ਕੁਆਰੰਟੀਨ ਕਰ ਰਹੀ ਆ, ਜਦਕਿ ਸਪੇਨ ਵਿੱਚ ਜਾਂ ਪੂਰੇ ਯੂਰਪ ਵਿੱਚ ਜਿਹੜੇ ਕੋਵਿਡ ਦੇ ਕੇਸ ਆ ਬਹੁਤ ਘੱਟ ਗਏ ਆ। ਪੂਰੇ ਯੂਰਪ ਨੇ ਜਿਹੜੇ ਕੋਵਿਡ ਦੇ ਕੇਸਾਂ ਦੇ ਉੱਪਰ ਬਹੁਤ ਕੰਟਰੋਲ ਕੀਤਾ ਵਾ ਅਤੇ ਸਪੇਨ ਨੇ ਵੀ ਆਪਣਾ ਪੂਰਾ ਜਿਹੜਾ ਪ੍ਰੋਪਰ ਕੰਟਰੋਲ ਕੀਤਾ ਵਾ। ਸਪੇਨ ਦੀ ਗੌਰਮੈਂਟ ਕਹਿ ਰਹੀ ਹੈ ਕਿ ਜਿਹੜਾ ਵੀ ਬੰਦਾ ਸਪੇਨ ਤੋਂ ਚਾਈਨਾ ਨੂੰ ਜਾ ਰਿਹਾ ਉਹਨਾਂ ਨੂੰ ਇਹ ਤੰਗ ਕਰ ਰਹੇ ਆ, ਯਾਨੀ ਇਹ ਕੁਆਰੰਟੀਨ ਕਰ ਰਹੇ ਆ। ਸੋ ਇਹ ਸਪੇਨ ਦੇ ਜਿਹੜੇ ਲੋਕ ਆ ਜੋ ਚਾਈਨਾ ਏਅਰਪੋਰਟ 'ਤੇ ਚਾਈਨਾ ਦੇ ਕਿਸੇ ਵੀ ਏਅਰਪੋਰਟ 'ਤੇ ਜਾਂਦੇ ਆ ਤਾਂ ਉਹਨਾਂ ਦਾ PCR ਟੈਸਟ ਵਗੈਰਾ ਸਾਰਾ ਕੁਛ ਉਹਨਾਂ ਦੇ ਪੂਰੇ ਪ੍ਰੋਪਰ ਡਾਕੂਮੈਂਟ ਹੁੰਦੇ ਆ, ਫਿਰ ਵੀ ਇਹ ਉਹਨਾਂ ਨੂੰ ਜਿਹੜੇ ਉਹ ਕੁਆਰੰਟੀਨ ਕਰ ਰਹੇ ਆ। ਸੋ ਸਪੇਨ ਦੀ ਗੌਰਮੈਂਟ ਨੇ ਕਿਹਾ ਕਿ ਇਹ ਇਹਨਾਂ ਵਾਸਤੇ ਜਿਹੜੀ ਸਹੀ ਵਧੀਆ ਗੱਲ ਨਹੀਂ ਆ, ਚੰਗੀ ਗੱਲ ਨਹੀਂ ਆ। ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਬੈਲਜੀਅਮ ਦੀ। ਬੈਲਜੀਅਮ ਵਿੱਚ 550 ਤੋਂ ਉੱਪਰ 600 ਦੇ ਤਕਰੀਬ ਜਿਹੜੇ ਬੰਦੇ ਆ ਉਹਨਾਂ ਨੂੰ ਫੜਿਆ ਵਾ ਜਿਨ੍ਹਾਂ ਕੋਲ ਜਿਹੜੀ ਕੋਵਿਡ ਦੀ ਜਿਹੜੀ ਰਿਪੋਰਟ ਆ ਨੈਗੇਟਿਵ ਰਿਪੋਰਟ ਆ ਉਹ ਨਕਲੀ ਸੀਗੀ। ਸੋ ਇਹਨਾਂ ਨੂੰ ਜਿਹੜਾ ਵਾ ਉਹਨਾਂ ਨੇ ਫੜਿਆ ਵਾ। ਤਕਰੀਬਨ ਪੂਰੇ ਬੈਲਜੀਅਮ ਵਿੱਚ ਜਿਹੜੇ ਕੋਵਿਡ ਦੇ ਟੈਸਟ ਆ ਹੋ ਰਹੇ ਆ ਪਰ ਫਿਰ ਵੀ ਲੋਕਾਂ ਦੇ ਕੋਲ ਜਿਹੜੀ ਆ ਬੈਲਜੀਅਮ ਦੇ ਵਿੱਚ ਜਿਹੜੀ ਕੋਵਿਡ ਦੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਸੀ। ਸੋ ਇਸ ਕਰਕੇ ਬੈਲਜੀਅਮ ਨੇ ਬਹੁਤ ਸਾਰੇ ਬੰਦੇ ਆ ਜਿਹੜੇ ਫੜੇ ਆ ਅਤੇ ਉਹਨਾਂ 'ਤੇ ਕਾਰਵਾਈ ਵੀ ਹੋਊਗੀ ਕਿਉਂਕਿ ਇਹਦੇ ਵਿੱਚ ਸਾਡਾ ਆਪਦੀ ਵੀ ਸੇਫਟੀ ਆ ਅਤੇ ਦੂਸਰੇ ਬੰਦੇ ਦੀ ਵੀ ਸੇਫਟੀ ਆ। ਜੇ ਅਸੀਂ ਕੋਵਿਡ ਦਾ ਇੱਕ ਸਹੀ ਟੈਸਟ ਕਰਾ ਕੇ ਲੈ ਕੇ ਜਾਂਦੇ ਹਾਂ, ਸਹੀ ਟੈਸਟ ਕਰਾਉਂਦੇ ਹਾਂ, ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਵੀ ਸੇਫ ਕਰਦੇ ਹਾਂ ਅਤੇ ਦੂਸਰੇ ਬੰਦੇ ਨੂੰ ਵੀ ਸੇਫ ਕਰਦੇ ਹਾਂ। ਜੇ ਅਸੀਂ ਨਕਲੀ ਰਿਪੋਰਟ ਲੈ ਕੇ ਜਾਂਦੇ ਹਾਂ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਚਾਂਸ ਆ ਸਾਨੂੰ ਵੀ ਕੋਵਿਡ ਹੋਊਗਾ ਅਤੇ ਉਹ ਦੂਸਰੇ ਬੰਦੇ ਨੂੰ ਵੀ ਹੋ ਸਕਦਾ। ਇਸ ਕਰਕੇ ਇਹ ਪ੍ਰੋਬਲਮ ਹੋਈ ਆ, ਪਲੀਜ਼ ਇੱਦਾਂ ਦੀ ਤੁਸੀਂ ਜਿਹੜੀ ਕੰਮ ਨਾ ਕਰੋ। ਨੈਗੇਟਿਵ ਰਿਪੋਰਟ ਆ ਬਿਲਕੁਲ ਸਹੀ ਰਿਪੋਰਟ ਆ, ਕਿਊ ਆਰ ਕੋਡ ਵਾਲੀ ਰਿਪੋਰਟ ਆ, ਉਹੀ ਤੁਸੀਂ ਲੈ ਕੇ ਜਾਓ। ਜਰਮਨ ਦੀ ਨਿਊਜ਼। ਜਰਮਨ ਨੇ ਪੁਰਤਗਾਲ ਨੂੰ ਜਿਹੜਾ ਫਿਰ ਤੋਂ ਦੁਬਾਰਾ ਰੈਡ ਲਿਸਟ ਦੇ ਵਿੱਚ ਪਾ ਦਿੱਤਾ ਵਾ ਕਿਉਂਕਿ ਜਰਮਨ ਦੇ ਪੁਰਤਗਾਲ ਦੇ ਵਿੱਚ ਜਿਹੜੇ ਕੇਸ ਉਹ ਵਧਣੇ ਸ਼ੁਰੂ ਹੋ ਗਏ ਆ ਅਤੇ ਜਰਮਨ ਨੇ ਜਿਹੜਾ ਪੁਰਤਗਾਲ ਨੂੰ ਰੈਡ ਜ਼ੋਨ ਦੇ ਵਿੱਚ ਜਿਹੜਾ ਐਂਟਰ ਕਰ ਦਿੱਤਾ। ਅਤੇ ਜੇ ਕੋਈ ਇਹ ਤੋਂ ਇਲਾਵਾ ਜੇ ਕੋਈ UK ਤੋਂ ਯਾਨੀ ਇੰਗਲੈਂਡ ਤੋਂ ਜਰਮਨ ਦੇ ਵਿੱਚ ਆਊਗਾ ਤਾਂ ਉਹਨੂੰ 14 ਦਿਨ ਵਾਸਤੇ ਜਿਹੜਾ ਕੁਆਰੰਟੀਨ ਕੀਤਾ ਜਾਊਗਾ। ਇਹਦਾ ਕਾਰਨ ਇਹ ਹੈ ਕਿ ਇਹ ਦੁਬਾਰਾ ਜਿਹੜੇ ਹੁਣ ਨਵੇਂ ਜਿਹੜਾ ਦੁਬਾਰਾ ਕੇਸ ਆ ਜਿਹੜੇ ਫਿਰ ਵਧਣੇ ਸ਼ੁਰੂ ਹੋ ਗਏ ਆ ਕਿਉਂਕਿ ਲੋਕ ਆਪਣੀ ਹੁਣ ਸੇਫਟੀ ਦੁਬਾਰਾ ਨਹੀਂ ਰੱਖ ਰਹੇ। ਲੋਕਾਂ ਨੂੰ ਲੱਗਦਾ ਕਿ ਜੇ ਸਾਡੇ ਵੈਕਸੀਨ ਲੱਗ ਗਈ ਆ ਅਤੇ ਉਹ ਸਾਨੂੰ ਕੁਆਰੰਟੀਨ ਜਿਹੜਾ ਕੋਵਿਡ ਆ ਉਹ ਨਹੀਂ ਹੋਊਗਾ, ਬਟ ਇੱਦਾਂ ਦਾ ਨਹੀਂ ਹੈਗਾ ਕਿਉਂਕਿ ਸਾਰੇ ਲੋਕਾਂ ਨੂੰ ਜਿਹੜੀ ਵੈਕਸੀਨ ਨਹੀਂ ਲੱਗੀ, ਵਿੱਚ ਕੁਝ ਇੱਦਾਂ ਦੇ ਲੋਕ ਆ ਜਿਹੜੇ ਵੈਕਸੀਨ ਨਹੀਂ ਲਵਾ ਰਹੇ। ਸੋ ਇਸ ਕਰਕੇ ਜਿਹੜੀ ਪ੍ਰੋਬਲਮ ਆ ਰਹੀ ਆ। ਅਤੇ ਇਸ ਤੋਂ ਅੱਗੇ ਇਟਲੀ ਦੇ ਵਿੱਚ ਤੁਸੀਂ 28 ਜੂਨ ਤੋਂ ਬਾਅਦ ਜਿਹੜਾ ਵਾ ਉਹ ਮਾਸਕ ਹਟਾ ਦਿੱਤਾ ਜਾਊਗਾ, ਬਿਨਾਂ ਮਾਸਕ ਤੁਸੀਂ ਘੁੰਮ ਸਕਦੇ ਹਾਂ। ਬਟ
ਇਹਦੇ ਵਿੱਚ ਤੁਹਾਡੀ ਖੁਦ ਦੀ ਸੇਫਟੀ ਆ, ਤੁਸੀਂ ਕਿੱਥੇ ਮਾਸਕ ਯੂਜ਼ ਕਰਨਾ ਕਿੱਥੇ ਨਹੀਂ ਉਹ ਤਾਂ ਤੁਹਾਨੂੰ ਖੁਦ ਦੇਖਣਾ ਪਊਗਾ, ਬਟ ਗੌਰਮੈਂਟ ਨੇ ਕਿਹਾ ਕਿ ਤੁਸੀਂ ਬਿਨਾਂ ਮਾਸਕ ਤੋਂ ਘੁੰਮ ਸਕਦੇ ਆ ਇਟਲੀ। ਪਰ ਇਹਦੇ ਨਾਲ ਹੀ ਗੌਰਮੈਂਟ ਨੇ ਵੀ ਕਿਹਾ ਕਿ ਜਿਹੜਾ ਮਾਸਕ ਆ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਆ, ਕਿਉਂਕਿ ਤੁਹਾਨੂੰ ਕਦੇ ਵੀ ਚੈੱਕ ਕੀਤਾ ਜਾ ਸਕਦਾ ਵਾ। ਮੰਨ ਲਓ ਜੇ ਤੁਸੀਂ ਪਬਲਿਕ ਪਲੇਸ ਦੇ ਵਿੱਚ ਜਾਂ ਬੱਸ ਜਾਂ ਟ੍ਰੇਨ ਦੇ ਵਿੱਚ ਟਰੈਵਲ ਕਰ ਰਹੇ ਹੋ ਤਾਂ ਤੁਹਾਡੇ ਮਾਸਕ ਲੱਗਾ ਹੋਣਾ ਚਾਹੀਦਾ। ਇਹਦਾ ਤਕਰੀਬਨ ਪੂਰੇ ਯੂਰਪ 'ਚ ਹੀ ਇਹ ਸਿਸਟਮ ਹੈਗਾ ਕਿ ਭੀੜ ਵਾਲੇ ਜਾਂ ਰਸ਼ ਵਾਲੇ ਏਰੀਏ ਦੇ ਵਿੱਚ ਤੁਹਾਡੇ ਜਿਹੜਾ ਮਾਸਕ ਉਹ ਲੱਗਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਬਲਗਾਰੀਆ, ਬਲਗਾਰੀਆ ਨੇ ਵੀ ਜਿਹੜਾ ਇੰਡੀਆ ਨੂੰ ਰੈੱਡ ਜ਼ੋਨ ਵਿੱਚ ਹਜੇ ਰੱਖਿਆ, ਰੈੱਡ ਲਿਸਟ ਵਿੱਚ ਹੀ ਰੱਖਿਆ। ਜੇ ਤੁਸੀਂ ਇੰਡੀਆ ਤੋਂ ਬਲਗਾਰੀਆ ਨੂੰ ਵੀ ਆਉਂਦੇ ਹੋ ਤਾਂ ਤੁਹਾਨੂੰ ਤਾਂ ਵੀ 14 ਦਿਨ ਵਾਸਤੇ ਜਿਹੜਾ ਕੁਆਰੰਟੀਨ ਹੋਣਾ ਪਊਗਾ। ਇਸ ਕਰਕੇ ਤੁਸੀਂ ਆਪਣਾ ਪ੍ਰੋਪਰ ਖਿਆਲ ਰੱਖੋ। ਬਾਕੀ ਜਿੰਨੇ ਵੀ ਇੰਡੀਆ ਤੋਂ ਆ ਰਹੇ ਵੀਰ, ਕੋਸ਼ਿਸ਼ ਕਰੋ ਕਿ ਤੁਸੀਂ ਵੈਕਸੀਨ ਲਵਾ ਕੇ ਆਓ, ਕਿ ਤੁਹਾਡੇ ਜਿਹੜੇ ਵੈਕਸੀਨ ਉਹ ਲੱਗੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਰੇ ਯੂਰਪ ਦੇ ਵਿੱਚ ਤੁਸੀਂ ਜਿੱਥੇ ਵੀ ਰਹਿੰਦੇ ਹੋ ਅਤੇ ਤੁਸੀਂ ਜਿਹੜੀ ਵੈਕਸੀਨ ਉਹ ਜ਼ਰੂਰ ਲਵਾ, ਕਿਉਂਕਿ ਯੂਰਪ ਦੇ ਵਿੱਚ ਜਿਹੜੀ ਵੈਕਸੀਨ ਆ ਉਹ ਫ੍ਰੀ ਆਫ ਕੋਸਟ ਆ, ਯਾਨੀ ਵੈਕਸੀਨ ਦਾ ਕੋਈ ਪੈਸਾ ਨਹੀਂ ਲੱਗਦਾ। ਰੋਮੇਨੀਆ ਅਰਮਾਨੀਆ ਵਿੱਚ ਵੀ ਜਿਹੜੀ ਵੈਕਸੀਨ ਆ ਉਹ ਬਿਲਕੁਲ ਫ੍ਰੀ ਆ ਅਤੇ ਇਹਦਾ ਕੋਈ ਪੈਸਾ ਨਹੀਂ ਲੱਗਦਾ। ਗੌਰਮੈਂਟ ਚਾਹੁੰਦੀ ਆ ਕਿ ਵੱਧ ਤੋਂ ਵੱਧ ਸਾਰਿਆਂ ਲੋਕਾਂ ਨੂੰ ਜਿਹੜੀ ਵੈਕਸੀਨ ਉਹ ਲੱਗੇ। ਸੋ ਇੱਕ ਬਹੁਤ ਸੇਫ ਚੀਜ਼ ਆ, ਬਹੁਤ ਵਧੀਆ ਚੀਜ਼ ਆ। ਪਲੀਜ਼ ਤੁਸੀਂ ਜਿੱਥੇ ਵੀ ਹੈਗੇ ਆ ਜਾਂ ਜਿੱਦਾਂ ਵੀ ਆ ਤੁਸੀਂ ਵੈਕਸੀਨ ਲਗਵਾਓ, ਕਿਉਂਕਿ ਇਨ ਫਿਊਚਰ ਸਾਨੂੰ ਇੰਡੀਆ ਵੀ ਜਾਣਾ ਪੈ ਸਕਦਾ ਅਤੇ ਇੰਡੀਆ ਨੇ ਵੀ ਬਹੁਤ ਸਾਰੀਆਂ ਰਿਕੁਆਇਰਮੈਂਟਾਂ ਜਿਹੜੀਆਂ ਰੱਖ ਦਿੱਤੀਆਂ ਕਿ ਜੇ ਕਿਸੇ ਦੇ ਵੈਕਸੀਨ ਲੱਗੀ ਆ ਉਹਨਾਂ ਨੂੰ ਐਂਟਰੀ ਦੇਣਗੇ ਜਾਂ ਉਹਨਾਂ ਨੂੰ ਕੁਆਰੰਟੀਨ ਨਹੀਂ ਕੀਤਾ ਜਾਊਗਾ। ਸੋ ਇਸ ਕਰਕੇ ਜਿਹੜੀ ਵੈਕਸੀਨ ਆ ਉਹ ਜ਼ਰੂਰ ਲਵਾਓ ਅਤੇ ਨਾਲ ਹੀ ਤੁਹਾਨੂੰ ਵੈਕਸੀਨ ਦਾ ਜਿਹੜਾ ਵਾ ਸਰਟੀਫਿਕੇਟ ਉਹ ਨਾਲ ਦੀ ਨਾਲ ਹੀ ਤੁਹਾਨੂੰ ਮਿਲ ਜਾਂਦਾ ਵਾ। ਰੋਮਾਨੀਆ ਵਿੱਚ ਤਾਂ ਤਕਰੀਬਨ ਮਿਲ ਜਾਂਦਾ, ਸਾਨੂੰ ਖੁਦ ਨੂੰ ਵੀ ਇਹ ਜਿਹੜੇ ਸਰਟੀਫਿਕੇਟ ਉਹ ਮਿਲੇ ਆ, ਨਾਲ ਹੀ ਉਹ ਦੇ ਦਿੰਦੇ ਆ ਜਦੋਂ ਤੁਹਾਡੇ ਵੈਕਸੀਨ ਲੱਗਦੀ ਆ, ਉਦੋਂ ਹੀ ਨਾਲ ਦੀ ਨਾਲ ਹੀ ਤੁਹਾਨੂੰ 5-10 ਮਿੰਟਾਂ ਦੇ ਵਿੱਚ ਹੀ ਤੁਹਾਡਾ ਸਰਟੀਫਿਕੇਟ ਉਹ ਨਾਲ ਹੀ ਮਿਲ ਜਾਂਦਾ ਵਾ। ਸੋ ਆਓ, ਬਾਕੀ ਵੀਡੀਓ ਚੰਗੀ ਲੱਗੀ ਆ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸੋ ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ।